Hello dear students welcome back to my youtube channel so let's discuss next topic of unit 7 which is einstein photoelectric equation so bachche einstein the photoelectric equation ki asi equation drive karange jo ki toade exam de andar bachche hardly 2 marks da jada question jada puch liya janda ya so this is not important topic ide nal de numericals aa jande ya ਅਤੇ ਆਰਟੀਕਲ ਕਾਫੀ ਘੱਟ ਇੰਪੋਰਟੈਂਟ ਆ ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਰਟੀਕਲ ਕਿਸ ਤਰੀਕੇ ਨਾਲ ਬਣਿਆ ਸੋ ਅਕੋਰਡਿੰਗ ਟੂ ਦਾ ਆਇਨਸਟਾਈਨ ਦਾ ਟੋਟਲ ਐਨਰਜੀ ਆਫ ਰੇਡੀਏਸ਼ਨ ਇਜ ਐਚ ਮਿਊ ਸਾਨੂੰ ਪਤਾ ਕਿ ਆਇਨਸਟਾਈਨ ਦੇ ਅਕੋਰਡਿੰਗਲੀ ਜੋ ਟੋਟਲ ਐਨਰਜੀ ਹੁੰਦੀ ਆ ਉਹ ਕਿੰਨੀ ਹੁੰਦੀ ਹੈ ਐਚ ਮਿਊ ਕਿਸੇ ਸਰਫੇਸ ਦੇ ਵਿੱਚੋਂ ਬੱਚੇ ਜਦੋਂ ਇਲੈਕਟ੍ਰੋਨ ਇੱਕ ਬਾਹਰ ਨਿਕਲ ਜਾਂਦਾ ਤਾਂ ਉਹਦੀ ਐਨਰਜੀ ਕਿੰਨੀ ਹੁੰਦੀ ਆ ਐਚ ਮਿਊ ਦ ਮਿਸ਼ਨ ਆਫ ਫੋਟੋ ਇਲੈਕਟ੍ਰੋਨ ਇਜ਼ ਅ ਰਿਜ਼ਲਟ ਆਫ ਇੰਟਰੈਕਸ਼ਨ ਆਫ ਅ ਸਿੰਗਲ ਫੋਟੋਨ ਵਿਦ ਐਨ ਇਲੈਕਟ੍ਰੋਨ ਇਨ ਵਿੱਚ ਦ ਫੋਟੋਨ ਇਜ਼ ਅ ਕੰਪਲੀਟਲੀ ਓਬਜ਼ਰਵਡ ਬਾਏ ਦ ਇਲੈਕਟ੍ਰੋਨ ਕਹਿੰਦੇ ਫੋਟੋ ਇਲੈਕਟ੍ਰੋਨ ਦੀ ਅਮਿਸ਼ਨ ਜਿਹੜਾ ਆ ਰਿਜ਼ਲਟ ਕਿਸ ਚੀਜ਼ ਆਇਆ ਜਦੋਂ ਇੱਕ ਫੋਟੋਨ ਇੱਕ ਸਿੰਗਲ ਫੋਟੋਨ ਕਿਸੇ ਇਲੈਕਟ੍ਰੋਨ ਦੇ ਵਿੱਚ ਜਾ ਕੇ ਸਟ੍ਰਾਈਕ ਕਰਦਾ ਆ ਔਰ ਉਹ ਕੰਪਲੀਟਲੀ ਅਬਜ਼ਰਵ ਕਰ ਲੈਂਦਾ એનર્ਜੀ ਨੂੰ ਅਬਜ਼ਰਵ ਕਰਕੇ ਮੈਟਲ ਦੀ ਸਰਫੇਸ ਤੋਂ ਬਾਹਰ ਨਿਕਲ ਜਾਂਦਾ ਆ ਦਸ ਵੈਨ ਅ ਫੋਟੋਨ ਆਫ એનર્ਜੀ ਐਚ ਮਿਊ ਇਜ਼ ਅਬਜ਼ਰਵਡ ਜਦੋਂ ਉਹ ਫੋਟੋਨ ਬੱਚੀ ਕੋਈ એનર્ਜੀ ਐਚ ਮਿਊ ਨੂੰ ਅਬਜ਼ਰਵ ਕਰ ਲੈਂਦਾ ਆ ਬਾਹਰ ਨੇ ਇਲੈਕਟ੍ਰੋਨ ਕਿਸੇ ਇਲੈਕਟ੍ਰੋਨ ਤੋਂ ਦਾ એનર્ਜੀ ਇਕੁਅਲ ਟੂ ਦਾ ਵਰਕ ਫੰਕਸ਼ਨ ਤਾਂ ওভারਲੀ એનર્ਜੀ ਜਿਹੜੀ ਆ ਵਰਕ ਫੰਕਸ਼ਨ ਦੇ ਇਕੁਅਲ ਆ ਜਾਂਦੀ ਆ ਜਿਹੜੀ ਅਸੀਂ ਯੂਜ਼ ਕਰਦੀ ਆ ਇਜੈਕਟਿੰਗ ਦਾ ਇਲੈਕਟ੍ਰੋਨ ਐਂਡ ਰਿਮੇਨਿੰਗ એનર્ਜੀ ਇਜ਼ ਦਾ ਮੈਕਸਿਮਮ ਕਨਾਈਟਿਕ એનર્ਜੀ ਆਫ ਦਾ ਇਲੈਕਟ੍ਰੋਨ ਸੋ ਬੱਚੇ ਇਲੈਕਟ੍ਰੋਨ ਨੂੰ ਇਜੈਕਟ ਕਰਨ ਦੇ ਲਈ ਹੈਲਪ ਕਰਦੀ ਆ ਔਰ ਜੋ ਰਿਮੇਨਿੰਗ એનર્ਜੀ ਹੁੰਦੀ ਆ ਉਹ ਮੈਕਸਿਮਮ ਕਾਈਨੈਟਿਕ એનર્ਜੀ ਦੇ ਇਕੁਅਲ ਆ ਜਾਂਦੀ ਆ ਸੋ ਅਕੋਰਡਿੰਗ ਟੂ ਦਾ ਆਇਨਸਟਾਈਨਸ ਇਕੁਏਸ਼ਨ ਐਚ E ਇਸ ਇਕੁਅਲ ਟੂ H ਮਿਊ ਹੁਣ ਬੱਚੇ H ਕੀ ਆ ਤੁਹਾਡਾ ਪਲੈਂਕਸ ਕਨਸਟੈਂਟ ਤੇ ਮਿਊ ਕੀ ਆ ਫ੍ਰੀਕ radiation emitted next aajo kinetic energy of photon photon photo electrons jedi kinetic energy of photo electron ha bachcheo kede equal ha energy obtained from the photon ik photon to kinni energy jedi obtain kiti gayi minus the energy used to escape the metallic surface ik metallic surface to jedi energy jedi a bahar nikalne layi jinni energy jedi use hoyi onu minus kar dena dhyan na dekh lo kinetic energy bachche kede photo electron di jedi kinetic energy ha kede equal hoegi ਜਿੰਨੀ ਸਾਡੀ ਟੋਟਲ એનર્ਜੀ ਹੋਏਗੀ ਅਬਟੇਨਡ ਫਰੋਮ ਦਾ ਫੋਟੋਨ ਫੋਟੋਨ ਨੇ ਕਿੰਨੀ એનર્ਜੀ ਟੋਟਲ ਕੈਲੋ ਅਬਟੇਨ ਕੀਤੀ ਉਹ ਚੋ ਅਸੀਂ ਮਾਈਨਸ ਕਰ ਦੇਣੀ ਜਿੰਨੀ ਐਸਕੇਪ ਵੈਲੋਸਟੀ ਜਿੰਨਾ ਐਸਕੇਪ એનર્ਜੀ ਜਿੰਨੀ ਐਸਕੇਪ ਬਾਹਰ ਨਿਕਲਦੇ ਨਹੀਂ એનર્ਜੀ ਉਹਨੂੰ ਯੂਜ਼ ਕਰਨੀ ਪਈ ਸੋ ਕਾਈਨੇਟਿਕ એનર્ਜੀ ਕਿਹਦੇ ਕੋਲ ਆਏਗੀ ਟੋਟਲ એનર્ਜੀ ਬਚੇ ਕਿੰਨੀ ਆਬਜ਼ਰਵ ਹੋਏਗੀ ਐਚ ਮਿਊ ਸੋ ਅਸੀਂ ਲਿਖ ਦਿੱਤਾ ਐਚ ਮਿਊ ਜਿਹੜੀ એનર્ਜੀ ਐਸਕੇਪ ਹੋਣ ਦੇ ਲਈ ਯੂਜ਼ ਹੋਈ ਦਿਸ ਇਜ਼ ਫਾਈ ਨੋਟ ਬਚੇ ਤੇ ਫਾਈ ਨੋਟ ਲਿਖ ਲੈਣਾ ਸੋ ਫਾਈ ਨੋਟ ਦੀ ਵੈਲਿਊ ਕਿਹਦੇ ਇਕੁਅਲ ਹੁੰਦੀ ਹੈ ਐਚ ਮਿਊ ਨੋਟ ਦੀ ਸੋ ਇੱਥੇ ਕੀ ਚੀਜ਼ ਆਏਗਾ ਐਚ ਮਿਊ ਨੋਟ ਸੋ ਅਸੀਂ ਨੈਕਸਟ ਸਟੈਪ ਦੇ ਵਿੱਚ ਬੱਚੇ ਫਾਈ ਨੋਟ ਦੀ ਜਗ੍ਹਾ ਤੇ ਕੀ ਪੁੱਟ ਕਰ ਦਿੱਤਾ ਐਚ ਮਿਊ ਨੋਟ ਨਾਓ ਟੇਕ ਐਚ ਕਾਮਨ ਸੋ ਅਸੀਂ ਐਚ ਕਾਮਨ ਕਢਾ ਲੇਤਾ ਸੋ ਬੱਚੇ ਇੱਥੇ ਜਿਹੜਾ ਅ ਮਿਊ ਨੋਟ ਆ ਦਿਸ ਇਜ਼ ਮਿਊ ਨੋਟ ਇਜ਼ ਥ੍ਰੈਸ਼ਹੋਲਡ ਫ੍ਰੀਕੁਐਂਸੀ ਕੀ ਚੀਜ਼ ਆਹ ਹੈ ਥ੍ਰੈਸ਼ਹੋਲਡ ਫ੍ਰੀਕੁਐਂਸੀ ਸੋ ਇੱਥੇ ਲਿਖ ਲੈਣਾ ਕਿ ਇਹ ਥ੍ਰੈਸ਼ਹੋਲਡ ਫ੍ਰੀਕੁਐਂਸੀ ਆ ਹੁਣ ਬੱਚੇ ਕੈਨਰਟਿਕ એનર્ਜੀ ਦੀ ਜਗ੍ਹਾ ਤੇ ਅਸੀਂ ਕੀ ਲਿਖ E is a electron V not is a stopping potential V not ki cheez a stopping potential ਯੂਜ਼ਿੰਗ ਦਸ ਇਕੁਏਸ਼ਨ ਆਹ ਵਾਲੀ ਇਕੁਏਸ਼ਨ ਬੱਚੇ ਅਸੀਂ ਇਕੁਏਸ਼ਨ ਨੰਬਰ 3 ਚ ਪੁੱਟ ਕਰਾਂਗੇ ਕਾਈਨੈਟਿਕ એનર્ਜੀ ਦੀ ਜਗ੍ਹਾ ਤੇ ਕੀ ਪੁੱਟ ਕਰ ਦਿੱਤਾ ای ਵੀ ਨੋਟ ਇਸ ਇਕੁਅਲ ਟੂ ਐਚ ਮਿਊ ਮਾਈਨਸ ਮਿਊ ਨੋਟ ਸੋ ਥਿਸ ਇਜ਼ ਆਨਸਟਾਈਨ ਫੋਟੋਇਲੈਕਟ੍ਰਿਕ ਇਕੁਏਸ਼ਨ ਸੋ ਬੱਚੇ ਆਹ ਵਾਲੀ ਜਿਹੜੀ ਇਕੁਏਸ਼ਨ ਆਈ ਆ ای ਵੀ ਨੋਟ ਇਸ ਇਕੁਅਲ ਟੂ ਐਚ ਮਿਊ ਮਾਈਨਸ ਮਿਊ ਨੋਟ ਥਿਸ ਇਜ਼ ਅ ਫਾਈਨਲ ਆਨਸਰ ਸੋ ਇਹ ਬੱਚੇ ਤੁਹਾਡੇ ਐਗਜ਼ਾਮ ਦੇ ਅੰਦਰ ਨੰਮਰਿਕਲਸ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੋਏਗਾ ਇਹਦੇ ਨੰਮਰਿਕਲ ਬੱਚੇ ਜ਼ਿਆਦਾ ਇੰਪੋਰਟੈਂਟ ਆ ਸੋ ਨੰਮਰਿਕਲਸ ਅਸੀਂ ਜ਼ਿਆਦਾ ਧਿਆਨ ਨਾਲ ਇਹ ਵਾਲਾ ਆਰਟੀਕਲ ਅਗਰ ਤੁਸੀਂ ਸਕਿਪ ਕਰਕੇ ਜਾਣਾ ਚਾਹਦੇ ਤਾਂ ਸਕਿਪ ਵੀ ਕਰ ਸਕਦੇ ਆ ਬਟ ਤੁਹਾਨੂੰ ਫਾਰਮੂਲੇ ਅੱਛੇ ਤਰੀਕੇ ਨਾਲ ਲਰਨ ਹੋਣੇ ਚਾਹੀਦੇ ਆ ਸੋ ਇਸ ਤੋਂ ਬਾਅਦ ਵਾਲਾ ਜਿਹੜਾ ਆਰਟੀਕਲ ਕਰਨ ਲੱਗੇ ਆ ਦਿਸ ਇਜ਼ ਅ ਮੋਸਟ 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 ਇੰਪੋਰਟੈਂਟ ਟਾਪਿਕ ਜਿਹੜਾ ਕਿ ਬੱਚੇ 3 ਮਾਰਕਸ ਦਾ ਕੁਐਸਚਨ ਪੁੱਛ ਲਿਆ ਜਾਂਦਾ ਆ ਕਿਉਂਕਿ ਹੁਣ 3 ਮਾਰਕਸ ਦਾ ਵੀ ਆ ਸਕਦਾ ਬੱਚੇ ਇਹ ਕੁਐਸਚਨ 2 ਮਾਰਕਸ ਦਾ ਵੀ ਆ ਸਕਦਾ ਸੋ ਤੁਸੀਂ ਇੰਨਾ ਹੀ ਲਿਖ ਕੇ ਆਉਣਾ ਚਾਹੀਏ 2 ਦਾ ਹੋਵੇ ਚਾਹੀ 3 ਦਾ ਹੋਵੇ ਲਾਜ਼ ਆਫ ਫੋਟੋ ਇਲੈਕਟ੍ਰਿਕ ਅਮਿਸ਼ਨ ਫਰੋਮ ਆਇਨਸਟਾਈਨ ਇਕੁਏਸ਼ਨ ਹੁਣ ਆਇਨਸਟਾਈਨ ਇਕੁਏਸ਼ਨ ਦੀ ਹੈਲਪ ਦੇ ਨਾਲ ਅਸੀਂ ਫੋਟੋ ਇਲੈਕਟ੍ਰਿਕ ਅਮਿਸ਼ਨ ਦੇ ਲਾਜ਼ ਨੂੰ ਐਕਸਪਲੇਨ ਕਰਨਾ ਆ ਸੋ ਬੱਚੇ ਧਿਆਨ ਰੱਖਣਾ ਆ ਇੱਕ ਆ ਲਾਜ਼ ਆਫ ਫੋਟੋ ਇਲੈਕਟ੍ਰਿਕ ਅਮਿਸ਼ਨ ਸੋ ਉਹਦੇ ਚਾਰ ਲਾਜ਼ ਅਲੱਗ ਆ ਅਗਰ ਉਹਨਾਂ ਨੇ ਕਿਹਾ ਕਿ ਆਇਨਸਟਾਈਨ ਇਕੁਏਸ਼ਨ ਦੇ ਨਾਲ ਐਕਸਪਲੇਨ ਕਰੋ ਤਾਂ ਇਹਦੇ ਲਾਜ਼ ਅਲੱਗ ਆ ਆਇਨਸਟਾਈਨ ਦੇ ਨਾਲ ਐਕਸਪਲੇਨ ਕਰਾਂਗੇ ਵੀ ਨੋ ਆਇਨਸਟਾਈਨ ਫੋਟੋਇਲੈਕਟ੍ਰਿਕ ਇਕੁਏਸ਼ਨ ਆਇਨਸਟਾਈਨ ਫੋਟੋਇਲੈਕਟ੍ਰਿਕ ਇਕੁਏਸ਼ਨ ਕਿਹਦੇ ਇਕੁਅਲ ਆ ई वी नॉट इज इक्व टू एच म्यू माइनस म्यू नॉट सो बच्चे ई वी नॉट कि हाफ एम वी स्क्य इक्वल है सो फॉर फोटो इलैक्ट्रो कमीशन टू टेक्स प्लेस टू कनैटिक एनर्जी इज अमिटेड इलैक्ट्रॉन मस्ट बी पॉजिटिव जिड़ी बच्चे मिटटड इलैक्ट्रॉन की जो कनैटिक एनर्जी आजिटिव ही होनी चाहिए आ देर फोर फ्रॉम इक्वेन नंबर फोर जी असं हमने बच्चे इक्शन सोल्व करके हटिया वाली फोटो इलैक्ट्रॉन विल हैव पॉजिटिव कनैटिक एनर्जी ਅਗਰ ਪੋਜ਼ਿਟਿਵ ਕਾਇਨੇਟਿਕ એનર્ਜੀ ਹੋਏਗੀ ਓਨਲੀ ਇਫ ਕਦੋਂ ਹੋਏਗੀ ਜਦੋਂ ਐਚ ਮਿਊ ਨਾਟ ਪੋਜ਼ਿਟਿਵ ਹੋਏਗਾ ਠੀਕ ਹੈ ਇਹਦਾ ਮਤਲਬ ਜੇ ਮਿਊ ਨਾਟ ਪੋਜ਼ਿਟਿਵ ਹੋਏਗਾ ਜੇ ਬੱਚੇ ਮਿਊ ਨਾਟ ਵੱਡਾ ਹੋ ਗਿਆ ਤਾਂ 네ਗੇਟਿਵ ਚ ਚਲ ਜਾਣਾ ਕਿਉਂਕਿ ਇਹਦੇ ਅੱਗੇ 네ਗੇਟਿਵ ਸਾਈਨ ਲਿਖਿਆ ਹੋਇਆ ਜੇ ਆਹ ਟਰਮ ਵੱਡੀ ਹੋਏਗੀ ਵੱਡੀ ਚੋਂ ਛੋਟੀ ਮਾਈਨਸ ਕਰਾਂਗੇ ਤਾਂ 네ਗੇਟਿਵ ਚ ਸਾਈਨ ਆ ਜਾਣਾ ਇਹਦਾ ਮਤਲਬ ਸਾਨੂੰ ਐਚ ਮਿਊ ਜ਼ਿਆਦਾ ਗ੍ਰੇਟਰ ਚਾਹੀਦਾ ਜਾਂ ਸਿੱਧਾ ਕਹਿ ਸਕਦੇ ਹਾਂ ਕਿ ਜਿਹੜਾ ਮਿਊ ਆ ਮਿਊ ਨਾਟ ਦੇ ਨਾਲੋਂ ਗ੍ਰੇਟਰ ਚਾਹੀਦਾ ਤਾਂ ਹੀ ਸਾਡੀ ਜਿਹੜੀ ਆ ਪੋਜ਼ਿਟਿਵ ਵੈਲਿ ਇਟ ਪ੍ਰੂਵਸ ਥੈਟ ਇਹ ਪ੍ਰੂਫ ਕਰਦਾ ਆ ਕਿ ਫੋਟੋ ਇਲੈਕਟ੍ਰੋਨ ਅਮਿਸ਼ਨ ਟੂ ਟੇਕਸ ਪਲੇਸ ਫ੍ਰੀਕੁਐਂਸੀ ਆਫ ਰੇਡੀਏਸ਼ਨ ਮਸਟ ਬੀ ਗ੍ਰੇਟਰ ਦਨ ਦਾ ਥ੍ਰੈਸ਼ਹੋਲਡ ਫ੍ਰੀਕੁਐਂਸੀ ਫਾਰ ਦਾ ਮੈਟਲ ਸੋ ਇੱਥੋਂ ਬੱਚੇ ਇਹ ਚੀਜ਼ ਪ੍ਰੂਫ ਹੁੰਦੀ ਆ ਕਿ ਜਿਹੜੀ ਫੋਟੋ ਇਲੈਕਟ੍ਰਿਕ ਐਮਿਸ਼ਨ ਉਦੋਂ ਹੀ ਟੇਕਸ ਪਲੇਸ ਕਰਦੀ ਆ ਜਦੋਂ ਫ੍ਰੀਕੁਐਂਸੀ ਆਫ ਰੇਡੀਏਸ਼ਨ ਜਿਹੜੀ ਆ ਗ੍ਰੇਟਰ ਹੋਵੇ ਮਿਊ ਜਿਹੜੀ ਆ ਗ੍ਰੇਟਰ ਹੋਵੇ ਥ੍ਰੈਸ਼ਹੋਲਡ ਫ੍ਰੀਕੁਐਂਸੀ ਮਤਲਬ ਮਿਊ ਨੋਟ ਦੇ ਨਾਲੋ ਸੋ ਬੱਚੇ ਇੱਥੇ ਫ੍ਰੀਕੁਐਂਸੀ ਦੀ ਜਗ੍ਹਾ ਤੇ ਮਿਊ ਲਿਖ ਲੈਣਾ ਔਰ ਥ੍ਰੈਸ਼ਹੋਲਡ ਫ੍ਰੀਕੁਐਂਸੀ ਦੀ ਜਗ੍ਹਾ ਤੇ ਮਿਊ ਨੋਟ ਅ ਬ੍ਰੈਕਟ ਦੇ ਵਿੱਚ ਲਿਖ ਲੈਣਾ ਤੁਹਾਨੂੰ ਅੱਛੇ ਤਰੀਕੇ ਨਾਲ ਕਲੀਅਰ ਹੋ ਜਾ ਕਵੈਸਚਨ ਦੇਖੋ ਸੈਕੰਡ ਇਕੁਏਸ਼ਨ ਦੇਖੋ ਫਰਮ ਇਕੁਏਸ਼ਨ ਅਬ 4 ਮਤਲਬ ਜੇ ਜਿਹੜੀ ਟੌਪ ਦੇ ਉੱਪਰ ਬਚੇ ਇਕੁਏਸ਼ਨ ਦਿੱਤੀ ਹੋਈ ਆ ਉਸ ਇਕੁਏਸ਼ਨ ਤੋਂ ਇਸ ਇਕੁਏਸ਼ਨ ਤੋਂ ਇਟ ਸ਼ੋਸ ਥੈਟ ਮੈਕਸਿਮਮ ਕਾਈਨੈਟਿਕ એનર્ਜੀ ਆਫ ਅਮਿਟਿਡ ਫੋਟੋ ਇਲੈਕਟ੍ਰੋਨ ਡਿਪੈਂਡ ਅਪਨ ਫ੍ਰੀਕੁਐਂਸੀ ਡਿਪੈਂਡ ਅਪਨ ਫ੍ਰੀਕੁਐਂਸੀ ਮਤਲਬ ਕਿ ਮਿਊ ਤੇ ਡਿਪੈਂਡ ਕਰਦੀ ਆ ਕਿ ਅਸੀਂ ਕਿੱਦਾਂ ਦੀ ਫ੍ਰੀਕੁਐਂਸੀ ਉਹਨੂੰ ਦੇ ਰਿਹਾ it proves that the maximum kinetic energy of emitted photoelectron increase as frequency of incident radiation increase kande ida matlab je assi mu increase kar ditta je assi frequency increase kar ditti definitely bache kinetic energy ki ho jayegi increase ho jayegi so last line ki show kar riya it proves that prove kar riya ki maximum kinetic energy of emitted photo ਫੋਟੋ ਇਲੈਕਟ੍ਰੋਨ ਇਨਕਰੀਸ ਕਰ ਦੇਗੀ ਜਿੱਦਾਂ ਹੀ ਅਸੀਂ ਫ੍ਰੀਕੁਐਂਸੀ ਆਫ ਇਨਸੀਡੈਂਟ ਰੇਡੀਏਸ਼ਨ ਕੀ ਕਰ ਦਾਂਗੇ ਇਨਕਰੀਸ ਕਰ ਦਾਂਗੇ ਕਲੀਅਰ ਹੋ ਗਿਆ ਬੱਚੇ ਫਸਟ ਪੁਆਇੰਟ ਦੇ ਅੰਦਰ ਕੀ ਆ ਕਿ ਇਹ ਉਦੋਂ ਹੀ ਪੋਜ਼ਿਟਿਵ ਹੋਏਗਾ ਜਦੋਂ ਮਿਊ ਜਿਹੜਾ ਆ ਗ੍ਰੇਟਰ ਹੋਏਗਾ ਮਤਲਬ ਤੁਹਾਡੀ ਫ੍ਰੀਕੁਐਂਸੀ ਜਿਹੜੀ ਆ ਗ੍ਰੇਟਰ ਹੋਏਗੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਨਾਲੋਂ ਸੈਕੰਡ ਪੁਆਇੰਟ ਕੀ ਆ ਜੇ ਤੁਹਾਡੀ ਫ੍ਰੀਕੁਐਂਸੀ ਬੱਚੇ ਅਸੀਂ ਇਨਕਰੀਸ ਕਰਾਂਗੇ ਤਾਂ ਕਨਾਈਟਿਕ એનર્ਜੀ ਡੈਫੀਨੇਟਲੀ ਇਨਕਰੀਸ ਕਰ ਜਾਏਗਾ थर्ड पॉइंट से आ जाओ अकॉर्डिंग टू द आइंस्टाइन फोटो इलेक्ट्रिक कमीशन इफ़ वन फोटोन वन इलेक्ट्रॉन फिनोमीना सो आइनसटाइन के अकॉर्डिंगली जिन्हें इलेक्ट्रॉन उपरों बच्चे फोटोनज लिया के मेटल सर्फेस के मारो उन्ने ही इलैक्ट्रॉनस बहर निकल इस करके लिखा हुआ वन फोटोन वन इलेक्ट्रॉन देअर फॉर द नंबर ऑफ फोटो इलैक्ट्रॉनस इजैक्ट विल बी लार्ज वेन इंटेंस रेडिएशन इज इंसीडेंट बिकॉज ਇੰਟੈਂਸ ਰੇਡੀਏਸ਼ਨ ਵਿਲ ਕੰਸਿਸਟ ਆਫ ਅ ਲਾਰਜ ਨੰਬਰ ਆਫ ਫੋਟੋਨਸ ਧਿਆਨ ਨਾਲ ਬੱਚੇ ਲਾਈਨ ਪੜ੍ਹ ਲਓ ਕਹਿੰਦੇ देयर ਫੋਰ ਨੰਬਰ ਆਫ ਫੋਟੋ ਇਲੈਕਟ੍ਰੋਨਸ ਇਜੈਕਟਡ ਉਨੇ ਹੀ ਨੰਬਰ ਆਫ ਫੋਟੋਨਸ ਜਿਹੜੇ ਆ ਸਰਫੇਸ ਵਿੱਚੋਂ ਬਾਹਰ ਨਿਕਲਣਗੇ ਵਿਲ ਬੀ ਲਾਰਜ ਉਦੋਂ ਹੀ ਲਾਰਜ ਹੋਣਗੇ ਵੈਨ ਇੰਟੈਂਸ ਰੇਡੀਏਸ਼ਨ ਆਫ ਇਨਸੀਡੈਂਟ ਬਿਕੋਜ਼ ਇੰਟੈਂਸ ਰੇਡੀਏਸ਼ਨ ਵਿਲ ਕੰਸਿਸਟ ਆਫ ਲਾਰਜ ਨੰਬਰ ਆਫ ਫੋਟੋਨਸ ਕਿਉਂਕਿ ਲਾਰਜ ਨੰਬਰ ਆਫ ਫੋਟੋਨਸ ਅਪਰ ਉਪਰੋ ਲਿਆ ਕੇ ਸੁੱਟੇ ਤਾਂ ਲਾਰਜ ਨੰਬਰ ਆਫ ਇਲੈਕਟ੍ਰੋਨਸ ਜਿਹੜੇ ਆ ਉਹ ਇਜੈਕਟ ਹੋਗੇ ਇਹ ਸਿੰਪਲ ਲੈਂਗੁਏਜ ਦੇ ਵਿੱਚ ਲਿਖ ਸਕਦੇ ਆ ਦੇਰਫੋਰ ਨੰਬਰ ਆਫ ਫੋਟੋ ਇਲੈਕਟ੍ਰੋਨਸ ਵਿਲ ਰਿਜੈਕਟ ਇਨ ਅ ਮੈਕਸਿਮਮ ਵੈਨ ਫੋਟੋ ਇਲੈਕਟ੍ਰੋਨਸ ਵੈਨ ਫੋਟੋਨਸ ਆਰ ਮੈਕਸਿਮਮ ਵੈਨ ਫੋਟੋਨਸ ਆਰ ਮੈਕਸਿਮਮ ਹੈਂਸ ਦੈਨ ਨੰਬਰ ਆਫ ਫੋਟੋ ਇਲੈਕਟ੍ਰੋਨਸ ਐਮਿਟਡ ਵਿਲ ਬੀ ਲਾਰਜ ਸੋ ਇਦਾਂ ਕਰਕੇ ਬੱਚੇ ਫੋਟੋ ਇਲੈਕਟ੍ਰੋਨਸ ਵੀ ਜ਼ਿਆਦਾ ਹੋਣਗੇ ਫੋਟੋ ਇਲੈਕਟ੍ਰੋਨਸ ਜੇ ਬੱਚੇ ਇਲੈਕਟ੍ਰੋਨ ਵੱਧ ਨਿਕਲਣਗੇ ਤਾਂ ਕਰ ਇਟ ਪ੍ਰੂਵਸ ਥੈਟ ਨੰਬਰ ਆਫ ਫੋਟੋ ਇਲੈਕਟ੍ਰੋਨਸ ਇਮਿਟਡ ਡਿਪੈਂਡ ਅਪਨ ਇੰਟੈਂਸਿਟੀ ਆਫ ਰੇਡੀਏਸ਼ਨ ਸੋ ਇਥੋ ਇਹ ਪਤਾ ਲੱਗਦਾ ਜੇ ਬੱਚੇ ਅਸੀਂ ਲਾਰਜ ਨੰਬਰ ਆਫ ਫੋਟੋਨਸ ਮੈਟਲ ਸਰਫੇਸ ਦੇ ਉੱਪਰ ਲਿਆ ਕੇ ਸੁੱਟਾਂਗੇ ਤਾਂ ਮੈਕਸਿਮਮ ਨੰਬਰ ਆਫ ਇਲੈਕਟ੍ਰੋਨ ਜਿਹੜੇ ਇਜੈਕਟ ਹੋਣਗੇ ਤਾਂ ਮੈਕਸਿਮਮ ਫੋਟੋ ਇਲੈਕਟ੍ਰੋਨ ਜਿਹੜੇ ਆ ਸਰਫੇਸ ਦੇ ਵਿੱਚੋਂ ਇਮਿਟ ਹੋ ਜਾਣਗੇ ਸੋ ਇਹ ਕਿਤੇ ਡਿਪੈਂਡ ਕਰਦਾ ਹੈ ਇੰਟੈਂਸਿਟੀ ਆਫ ਰੇਡੀਏਸ਼ਨ ਦੇ ਉੱਪਰ क्लियर हो गया सो so, बच्चे थर्ड पॉइंट दोबारा सुन लो कहें कि आइंसटैंट के अकॉर्डिंगली वन फोटोन वन इलैक्ट्रॉन फिनोमिना आ so, सो जिन्ने नंबर ऑफ तुम फोटो फोटोनज़ मैटल दे उपर सुट्टे उन्ने ही नंबर ऑफ इलैक्ट्रॉनस जोड़े आ मैटल चो बाहर निकल सो ए मतलब जे तुम मैक्सीम इंटेंसिटी ऑफ लाइट जी रेडिएशन जैटल के उपर फॉल करवाऊंगे तो मैक्सीम जे फोटो इलैक्ट्रॉनस अमिट होने क्लीयर हो गया थर्ड पॉइंट ਲਾਸਟ ਪੁਆਇੰਟ ਆਜੋ ਅਕੋਰਡਿੰਗ ਟੂ ਦਾ ਆਇਨਸਟਾਈਨ ਐਸ ਅ ਫੋਟੋਨ ਇਜ਼ ਅਬਜ਼ਰਵਡ ਦਾ ਅਮਿਸ਼ਨ ਆਫ ਇਲੈਕਟ੍ਰੋਨ ਟੇਕਸ ਪਲੇਸ ਇਨਸਟੈਂਟੇਨਿਅਸਲੀ ਕਹਿੰਦੇ ਆਇਨਸਟਾਈਨ ਦੇ ਅਕੋਰਡਿੰਗਲੀ ਜਿੱਦਾਂ ਹੀ ਫੋਟੋਨ ਨੇ એનર્ਜੀ ਨੂੰ ਅਬਜ਼ਰਵ ਕਰ ਲਿਆ ਨਾਲ ਲੱਗਦਾ ਹੀ ਜਿਹੜਾ ਇਲੈਕਟ੍ਰੋਨ ਆ ਉਹ ਮੈਟਲ ਸਰਫੇਸ ਤੋਂ ਬਾਹਰ ਨਿਕਲ ਜਾਏਗਾ ਸੋ ਸਫੀਸ਼ੀਐਂਟ એનર્ਜੀ ਹੋਣੀ ਚਾਹੀਦੀ ਆ ਤੇ ਮੈਟਲ ਦੀ ਸਰਫੇਸ ਦੇ ਨਾਲੋਂ ਜ਼ਿਆਦਾ એનર્ਜੀ ਹੋਣੀ ਚਾਹੀਦੀ ਆ ਕਿ ਉਹ ਇਲੈਕਟ੍ਰੋਨ ਨੂੰ ਬਾਹਰ ਕੱਢ ਸਕੇ ਕਲੀਅਰ ਹੋ ਗਿਆ ਸੋ ਬੱਚੇ ਇਹ 2 ਮਾਰਕਸ ਦਾ ਕੁਐਸਚਨ ਵੀ ਆ ਸਕਦਾ ਆ ਔਰ 3 ਮਾਰਕਸ ਦਾ ਕੁਐਸਚਨ ਵੀ ਆ ਸਕਦਾ ਬੱਚੇ 3 ਮਾਰਕਸ ਦੇ ਲਈ ਵੀ ਇਹ ਮੋਸਟ ਇੰਪੋਰਟੈਂਟ ਟਾਪਿਕ ਆ ਲਾਜ਼ ਆਫ ਫੋਟੋ ਇਲੈਕਟ੍ਰਿਕ ਐਮਿਸ਼ਨ ਫਰੋਮ ਆਨਸਟਾਈਨ ਇਕੁਏਸ਼ਨ ਸੋ ਬੱਚੇ ਇਹ ਕੁਐਸਚਨ ਜਿਹੜਾ ਬਹੁਤ ਕੇਅਰਫੁਲੀ ਕਰ ਲੈਣਾ ਇੰਪੋਰਟੈਂਟ ਕੁਐਸਚਨ ਆ ਸੋ ਨੈਕਸਟ ਵੀਡੀਓ ਦੇ ਵਿੱਚ ਬੱਚੇ ਅਸੀਂ ਇਹਦੇ ਨਾਲ ਦੇ ਨਿਊਮੈਰੀਕਲਸ ਕਰਾਂਗੇ ਸੋ ਨਿਊਮੈਰੀਕਲਸ ਜ਼ਿਆਦਾ ਇੰਪੋਰਟੈਂਟ ਆ ਕਲੀਅਰ ਹੋ ਗਿਆ ਸੋ ਬੱਚੇ ਅਗਰ ਲੈਕਚਰ ਅੱਛੇ ਤਰੀਕੇ ਨਾਲ ਕਲੀਅਰ ਹੋ ਗਿਆ ਹੋਵੇ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਜਾਣਾ ਮੈਕਸਿਮਮ ਸ਼ੇਅਰ ਕਰ ਜਾਣਾ ਜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਏ ਜ਼ਰੂਰ ਜਾਣਾ ਥੈਂਕ ਯੂ ਸੋ ਮੱਚ